ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਤੁਹਾਡੇ ਲਈ ਜਿਹੜੀ ਲਿਖਤ ਲੈ ਕੇ ਹਾਜ਼ਰ ਹੋਇਆ ਇਹ ਇੰਡੀਆ ਤੋਂ ਆਏ ਸਟੂਡੈਂਟਸ ਲਈ ਹੈ ਜਿਹੜੇ ਕਿ ਵਿਦੇਸ਼ਾਂ ਦੀ ਧਰਤੀ 'ਤੇ ਧੁੰਮਾਂ ਪਾ ਰਹੇ ਨੇ। ਚਲੋ ਦੋਸਤੋ ਸਟਾਰਟ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਲਿਖਤ ਜ਼ਰੂਰ ਪਸੰਦ ਆਵੇਗੀ। ਇੰਡੀਆ ਤੋਂ ਆਏ ਸਟੂਡੈਂਟ, ਪਤਲੇ ਜਿਹੇ ਸਰੀਰਾਂ ਦੇ ਲਾਵੇਂ ਲਾਵੇਂ ਜਿਹੇ ਚਿਹਰੇ, ਚਿਹਰੇ 'ਤੇ ਚੜ੍ਹਦੀ ਜਵਾਨੀ ਦੀ ਸ਼ਾਟ ਅਤੇ ਗਿੱਟਿਆਂ ਤੋਂ ਉੱਚੀਆਂ ਪੈਂਟਾਂ ਅਤੇ ਮੋਢਿਆਂ 'ਤੇ ਬੈਕਪੈਕ, ਕੰਨਾਂ ਦੇ ਵਿੱਚ ਹੈੱਡਫੋਨ ਅਤੇ ਅੱਡ ਅੱਡ ਗਰੁੱਪਾਂ ਦੇ ਵਿੱਚ ਅਠਗੇਲੀਆਂ ਕਰਦੇ ਜਾਂਦੇ, ਕਦੇ ਗਰੋਸਰੀ ਦੇ ਬੈਗ ਹੱਥਾਂ ਵਿੱਚ ਫੜੇ ਅਤੇ ਕਦੇ ਲਾਂਡਰੀ ਬੈਗ, ਜ਼ਿਆਦਾਤਰ ਮੁੰਡਿਆਂ ਦੇ ਸਾਫਾ ਟੈਪ ਨਿੱਕੀਆਂ ਨਿੱਕੀਆਂ ਪੱਗਾਂ ਬੰਨੀਆਂ, ਬਾਕੀ ਮੋਨੇ, ਕੁੜੀਆਂ ਮੁੰਡਿਆਂ ਦੇ ਮਿਕਸ ਜਿਹੇ ਗਰੁੱਪ, ਪਿੱਛੋਂ ਇਹ ਵੀ ਤਾਂ ਮਾਂ ਬਾਪ ਦੇ ਲਾਡਲੇ ਹੋਣਗੇ, ਸ਼ਾਇਦ ਪਾਣੀ ਦਾ ਗਲਾਸ ਵੀ ਨਾ ਭਰ ਕੇ ਪੀਂਦੇ ਹੋਣ, ਪਰ ਹੁਣ ਇਹ ਪਰੌਂਠੇ ਵੀ ਬਣਾ ਲੈਂਦੇ ਆ ਅਤੇ ਸਬਜ਼ੀਆਂ ਵੀ ਬਣਾ ਲੈਂਦੇ ਆ ਅਤੇ ਦਹੀਂ ਵੀ ਜਮਾ ਲੈਂਦੇ ਆ। ਮੇਰਾ ਮਨ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ। ਆਉਣ ਵਾਲੇ ਕੁਝ ਸਾਲਾਂ ਵਿੱਚ ਜਦੋਂ ਇਹ ਸੈੱਟ ਹੋ ਜਾਣਗੇ, ਮੇਰਾ ਮੰਨਣਾ ਇਹ ਬਹੁਤ ਚੰਗੇ ਮਾਂ ਬਾਪ ਅਤੇ ਬਹੁਤ ਚੰਗੇ ਜੀਵਨ ਸਾਥੀ ਹੋਣਗੇ, ਕਿਉਂਕਿ ਇਹਨਾਂ ਮੁੰਡਿਆਂ ਨੇ ਰਸੋਈਆਂ ਸੰਭਾਲੀਆਂ ਹੋਈਆਂ ਅਤੇ ਕੁੜੀਆਂ ਨੇ ਇਹਨਾਂ ਦੇ ਬਰਾਬਰ ਬਾਹਰ ਦੇ ਕੰਮ ਕੀਤੇ ਹੋਏ ਆ। ਅਤੇ ਇੱਕ ਹੋਰ ਖਾਸ ਗੱਲ, ਇਹਨਾਂ ਵਿੱਚ ਜਾਤ ਪਾਤ ਹੈ ਨਹੀਂ ਅਤੇ ਨਾ ਹੀ ਜੱਟ ਐਟੀਟਿਊਡ ਹੈ। ਇਹ ਜੱਟ, ਮਿਸਤਰੀ, ਬਾਹਮਣ ਅਤੇ ਨਾਈਆਂ ਦੇ ਸਭ ਇਕੱਠੇ ਹੀ ਰਹਿੰਦੇ ਨੇ। ਇਹ ਜਾਤ ਪਾਤ ਤੋਂ ਉੱਪਰ ਸਿਰਫ ਸਟੂਡੈਂਟ ਹੀ ਆ, ਭਾਵੇਂ ਪੱਗਾਂ ਵਾਲੇ ਨੇ ਚਾਹੇ ਮੋਨੇ ਨੇ, ਪਰ ਇਹ ਅਸਲੀ ਸਿੱਖ ਨੇ। ਇਹਨਾਂ ਦੀਆਂ ਜ਼ਿਆਦਾਤਰ ਲਵ ਮੈਰਿਜਾਂ ਹੀ ਹੋਣੀਆਂ। ਇਹਨਾਂ ਨੇ ਦਾਜ ਦਹੇਜ ਵੀ ਖਤਮ ਕਰ ਦੇਣਾ। ਇਹ ਪੜ੍ਹਦੇ ਵੀ ਆ ਅਤੇ ਕੰਮ ਵੀ ਕਰਦੇ ਆ, ਖੁਦ ਖਾਣ ਪੀਣ ਦਾ ਪ੍ਰਬੰਧ ਵੀ ਕਰਦੇ ਆ, ਪੂਰੇ ਕੰਮ ਏ ਆ ਇਹ। ਮੈਨੂੰ ਤਾਂ ਇੰਝ ਲੱਗਦਾ ਜਿਵੇਂ ਇਹ ਉਹ ਜਨਰੇਸ਼ਨ ਵਾਪਸ ਆ ਗਈ ਹੋਵੇ, ਜਿਵੇਂ ਕਿ ਸਾਡੇ ਦਾਦੇ ਪੜਦਾਦੇ ਸੀ ਜੋ ਤਾਰਿਆਂ ਦੀ ਛਾਵੇਂ ਹਲ ਵਾਹੁੰਦੇ ਸੀ, ਅਤੇ ਬੀਬੀਆਂ ਉਦੋਂ ਤਿੱਖੀ ਦੁਪਹਿਰ ਤੱਕ ਨਰਮਾ ਕਪਾਹ ਚੁਗ ਲੈਂਦੀਆਂ ਸਨ ਅਤੇ ਦਰੀਆਂ ਖੇਸ ਬੁਣਦੀਆਂ ਨਹੀਂ ਥੱਕਦੀਆਂ ਸੀ। ਮੈਨੂੰ ਤਾਂ ਇਹਨਾਂ 'ਤੇ ਬੜਾ ਪਿਆਰ ਆਉਂਦਾ, ਬੜੀ ਆਸ ਹੈ ਮੈਨੂੰ ਇਹਨਾਂ ਤੋਂ। ਇਹ ਪਹਿਲਾਂ ਦੀਆਂ ਆਈਆਂ ਬੀਬੀਆਂ ਇਹਨਾਂ ਤੋਂ ਬਹੁਤ ਖਿੱਚਦੀਆਂ, ਅਖੇ ਇਹ ਬਹੁਤ ਚਲਾਕ ਆ। ਮੈਂ ਕਿਹਾ ਕੀ ਚਲਾਕੀ ਕੀਤੀ ਇਹਨਾਂ ਨੇ? ਕਹਿੰਦੀ ਸਾਰੇ ਕਾਲਜਾਂ 'ਤੇ ਕਬਜ਼ਾ ਇਹਨਾਂ ਦਾ, ਸਾਰੇ ਕੰਮਾਂ 'ਤੇ ਲੱਗੇ ਹੋਏ ਆ, ਨਵੀਆਂ ਨੌਕਰੀਆਂ 'ਤੇ ਹਾਵੀ ਆ ਇਹ। ਮੈਂ ਕਿਹਾ ਬੀਬੀ ਫਿਰ ਚਲਾਕ ਨਹੀਂ ਹੁਸ਼ਿਆਰ ਕਹਿ, ਮਿਹਨਤੀ ਕਹਿ। ਲਿਖਤ ਜਸਵਿੰਦਰ ਸਿੰਘ ਕੈਨੇਡਾ ਅਤੇ ਪੇਸ਼ਕਸ਼ ਮਨਦੀਪ ਸਿੰਘ ਵੱਲੋਂ। ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਹੋਵੇ, ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਇੱਥੇ ਮੈਂ ਤੁਹਾਡੇ ਲਈ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਿੰਦਾ। ਥੈਂਕਸ ਫੋਰ ਵਾਚਿੰਗ, ਬਾਏ ਬਾਏ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।